ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦੇ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਡੰਡਾਉਤ ਬੰਦਨ ਅਨਕ ਬਾਾਰੇ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮਰਨ ਮੁਣ ਸਾਸੂਰ ਆ ਹੱਕ ਹੈ ਜੋ ਹੋਏ ਮਰ ਹੈ ਪਰਵਾਣੋ ਸੂਰੇ ਸੇ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਗਗਨਦ ਮਾਮਾ ਬਾਜਿਓ ਪਰਿਓ ਨਿਸਾਨੈ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾਡੇ ਖੀਤ ਸਤਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਜਗੋ ਜਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਕੀ ਸਾਜਿ ਨੇ ਵਾਜੀ ਪਰਮ ਸਤਕਾਰਯੋਗ ਸਾਧ ਸੰਗਤ ਜੀ ਗੁਰ ਚਰਣਾ ਵਿੱਚ ਸੀਸ ਝੁਕਾਉਂਦਿਆਂ ਪ੍ਰੇਮ ਸਹਿਤ ਬੁਲਾਓ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜੇ ਮਿਲ ਬੈਠੇ ਆਂ ਸ਼ਹੀਦ ਭਾਈ ਤਾਰਾ ਸਿੰਘ ਜੀ ਵਾ ਭਾਈ ਭਗੇਲ ਸਿੰਘ ਜੀ ਤੇ ਹੋਰ ਅਨੇਕਾਂ ਸੂਰਬੀਰ ਜਿਨ੍ਹਾਂ ਨੇ ਕੌਮੀ ਅਣਖ ਨੂੰ ਕਾਇਮ ਰੱਖਦਿਆਂ ਹੋਇਆਂ ਜ਼ਾਲਮ ਮੁਗਲ ਫੌਜਾਂ ਦੇ ਨਾਲ ਮੈਦਾਨੇ ਜੰਗ ਵਿੱਚ ਥੋੜੀ ਗਿਣਤੀ ਵਿੱਚ ਆਪ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਦੀ ਫੌਜ ਨਾਲ ਦ੍ਰਿੜਤਾ ਨਾਲ ਟੱਕਰਾਂ ਕੀਤਾ ਅਤੇ ਰਣ ਤੱਤੇ ਵਿੱਚ ਜੂਝਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਮਹਾਨ ਗੁਰਮੁਖਾਂ ਦੀ ਮਹਾਨ ਸੰਤ ਸਿਪਾਹੀ ਸੂਰਮੇ ਜੋਧੇ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੋੜੇ ਮਿਲ ਬੈਠੇ ਹਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਤਨ ਜੀਉ ਤੇਹ ਕੋ ਜਗ ਮੈਂ ਮੁਖ ਤੇ ਹਾਰ ਚਿਤ ਮੈਂ ਜੋਤ ਵਿਚਾਰੈ ਦੇਹ ਅਨਿਤ ਨ ਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨ ਹੈ ਕਿ ਬੜਨੀ ਮਨ ਹੋ ਹਾਥ ਲੈ ਕਾਤਰ ਤਾ ਕੁਤਵਾਰ ਬੁਹਾਰੈ ਸਤਿਗੁਰੂ ਜੀ ਕੀ ਇਹ ਪਾਵਨ ਬਾਣੀ ਹੈ ਗੁਰੂ ਕੇ ਇਹ ਪਾਵਨ ਬਚਨ ਹਨ ਇਹਨਾਂ ਦੇ ਆਧਾਰ ਤੇ ਹੀ ਮੈਂ ਸੰਗਤਾਂ ਦੇ ਨਾਲ ਗੁਰ ਉਪਦੇਸ਼ ਗੁਰਮਤ ਵਿਚਾਰ ਸਾਂਝਾ ਕਰਨ ਦਾ ਯਤਨ ਆਪਣੇ ਸਮੇਂ ਵਿੱਚ ਕਰਾਂਗਾ। ਹਜ਼ੂਰ ਫਰਮਾਉਂਦੇ ਨੇ ਧੰਨ ਜੀਓ ਤਿਹ ਕੋ ਜਗ ਮੈਂ। ਜਗਤ ਵਿੱਚ ਉਸ ਦਾ ਜੀਵਨ ਧੰਨ ਹੈ। ਮੁਖ ਤੇ ਹਾਰ ਚਿਤ ਮੈਂ ਜੁੱਧ ਵਿਚਾਰ ਹੈ। ਜਿਹੜਾ ਮੁਖੋਂ ਸਦਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਤੇ ਆਪਣੇ ਚਿੱਤ ਵਿੱਚ ਜੁੱਧ ਦੀ ਜੰਗ ਦੀ ਵਿਚਾਰ ਰੱਖਦਾ ਹੈ। ਪਹਿਲਾਂ ਸਿਰਫ ਅਖਰੀ ਅਰਥ ਮੈਂ ਪੰਗਤੀਆਂ ਦੇ ਆਪ ਨਾਲ ਸਾਂਝੀ ਕਰਾਂ ਫਿਰ ਵਿਆਖਿਆ ਕੁਝ ਗੁਰੂ ਕੇ ਓਟ ਆਸਰੇ ਸਦਕਾ ਆਪ ਜੀ ਕੇ ਸਨਮੁਖ ਰੱਖਣ ਦਾ ਯਤਨ ਕਰਾਂਗਾ ਉਸ ਦਾ ਜੀਵਨ ਧੰਨ ਹੈ ਇਸ ਜਗਤ ਵਿੱਚ ਜਿਹੜਾ ਮੁਖੋਂ ਵਾਹਿਗੁਰੂ ਕਾ ਨਾਮ ਜਪਦਾ ਹੈ ਤੇ ਆਪਣੇ ਚਿੱਤ ਵਿੱਚ ਜੁੱਧ ਦੀ ਵਿਚਾਰ ਰੱਖਦਾ ਹੈ ਦੇਹ ਅਨਿਤ ਨਾ ਨਿਤ ਰਹਿ। ਇਹ ਸਰੀਰ ਇਹ ਕਾਇਆ ਇਹ ਦੇਹੀ ਅਨਿਤ ਹੈ। ਅਨਿਤ ਤੋਂ ਭਾਵ ਨਾਸਵੰਤ ਹੈ। ਜਿੰਨੇ ਸਦਾ ਰਹਿਣਾ ਨਾ ਹੋਵੇ। ਨਾ ਨਿਤ ਰਹਿ। ਇਹ ਨਿਤ ਨਹੀਂ ਰਹਿੰਦੀ। ਹਮੇਸ਼ਾਲ ਵਾਸਤੇ ਇਸ ਦੇਹੀ ਨੇ ਕਾਇਮ ਨਹੀਂ ਰਹਿਣਾ। ਜਿਉਂ ਆਇਆ ਤਿਉਂ ਜਾਵਹਿ ਬੌਰੇ ਜਿਉਂ ਜਨਮੇ ਤਿਉਂ ਮਰਣ ਭਇਆ। ਜਨਮ ਹੋਇਆ ਹੈ ਤਾਂ ਉਮਰ ਬੀਤਣ ਉਪਰੰਤ ਮੌਤ ਵੀ ਜ਼ਰੂਰ ਹੋਵੇਗੀ। ਤੇ ਇਸ ਜੀਵਨ ਵਿੱਚ ਜਨਮ ਧੰਨ ਉਸ ਦਾ ਹੈ ਜਸ ਨਾਵ ਚੜਾ ਭਵ ਸਾਗਰ ਤਾਰੈ ਜਿਵੇਂ ਪ੍ਰਤਖ ਨਾਵ ਉੱਪਰ ਬੇੜੀ ਉੱਪਰ ਚੜ ਕੇ ਮਨੁੱਖ ਦਰਿਆ ਤੋਂ ਪਾਰ ਹੋ ਸਕਦਾ ਹੈ ਸਮੁੰਦਰ ਤੋਂ ਪਾਰ ਹੋ ਸਕਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਕੇ ਜਸ ਰੂਪੀ ਬੇੜੀ ਉੱਪਰ ਚੜ ਕੇ ਜੋ ਭੈ ਦਾਇਕ ਸੰਸਾਰ ਸਾਗਰ ਤੋਂ ਪਾਰ ਉਤਰਨ ਦਾ ਅਧਿਕਾਰੀ ਬਣ ਜਾਵੇ ਉਹ ਧੰਮ ਹੈ ਤੀਰਜ ਧਾਮ ਬਣਾਏ ਇਹ ਤਨ ਆਪਣੇ ਤਨ ਬਾਹਰੀ ਸਰੀਰ ਨੂੰ ਵੀ ਤੇ ਆਪਣੇ ਸੂਖਮ ਤਨ ਆਪਣੇ ਅੰਤਸ਼ ਕਰਨ ਨੂੰ ਵੀ ਤੀਰਜ ਦਾ ਘਰ ਬਣਾਵੇ ਧੀਰਜवान ਹੋਵੇ ਦ੍ਰਿੜ ਹੌਂਸਲੇ ਵਾਲਾ ਹੋਵੇ ਤੇ ਬੁੱਧ ਸੋ ਦੀਪਕ ਜਿਉ ਉਜਿਆਰ ਹੈ ਜਿਵੇਂ ਦੀਵਾ ਬਲਦਾ ਹੈ ਤਾਂ ਹਨੇਰਾ ਦੂਰ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਇਵੇਂ ਆਪਣੀ ਬੁੱਧੀ ਵਿੱਚ ਗੁਰੂ ਕੇ ਗਿਆਨ ਦਾ ਦੀਪਕ ਬਾਲ ਕੇ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰੇ ਗਿਆਨ ਹੈ ਕਿ ਬਡਮੀ ਮਨਹੁ ਹਾਥ ਲੈ ਬਡਨੀ ਦਾ ਅਰਥ ਹੈ ਝਾੜੂ ਬੁਹਾਰੀ ਗਿਆਨ ਰੂਪੀ ਝਾੜੂ ਆਪਣੇ ਮਨ ਰੂਪੀ ਹੱਥ ਵਿੱਚ ਲੈ ਕੇ ਕਾਤਰਤਾ ਕੁਤਵਾਰ ਬੁਹਾਰੈ ਕਾਇਰਤਾ ਰੂਪੀ ਜਿਹੜਾ ਕੋੜਾ ਹੈ ਨਾ ਉਹਨੂੰ ਬੁਹਾਰ ਦੇਵੇ ਭਾਵ ਉਹਨੂੰ ਹੂਝ ਦੇਵੇ ਕਾਇਰਤਾ ਸਾਡੇ ਮਨਾਂ ਅੰਦਰ ਕਦੋਂ ਆਉਂਦੀ ਹੈ ਜਦੋਂ ਸਾਡਾ ਜੀਵਨ ਦੇ ਨਾਲ ਮੋਹ ਹੋਵੇ ਜਦੋਂ ਸਾਡੀ ਇਸ ਸਰੀਰ ਦੇ ਨਾਲ ਪਕੜ ਹੋਵੇ ਕਿਤੇ ਮਰਨਾ ਚਾਹੀਏ ਆਪਣੀ ਜ਼ਿੰਦਗੀ ਨੂੰ ਬਚਾਉਣ ਦਾ ਯਤਨ ਕਰ ਲਈਏ ਇਹ ਭਾਵਨਾ ਸਾਡੇ ਮਨ ਵਿੱਚ ਕਾਇਰਤਾ ਲੈ ਕੇ ਆਉਂਦੀ ਹੈ ਤੇ ਹਜੂਰ ਫਰਮਾਉਂਦੇ ਨੇ ਕਿ ਇਹ ਗਿਆਨ ਹਾਸਲ ਕਰਕੇ ਕਿ ਦੇਹੀ ਤਾਂ ਅਨਿਤ ਹੈ ਇਹਨੇ ਰਹਿਣਾ ਨਹੀਂ ਇਸ ਗਿਆਨ ਨੂੰ ਹਾਸਲ ਕਰਕੇ ਆਪਣੇ ਮਨ ਵਿੱਚੋਂ ਕਾਇਰਤਾ ਨੂੰ ਦੂਰ ਕਰ ਦੇਵੇ ਤਨ ਜੀਉ ਤਿਹ ਕੋ ਜਗਮੈ ਉਹਦਾ ਜੀਵਨ ਜਗਤ ਵਿੱਚ ਧੰਨਾ ਹੈ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਕੇ ਸਾਜੇ ਹੋਏ ਇਸ ਸੰਸਾਰ ਦੇ ਵਿੱਚ ਹਰ ਰੋਜ਼ ਅਨੇਕਾਂ ਜੀਵ ਜਨਮ ਲੈ ਕੇ ਆਉਂਦੇ ਨੇ ਅਨੇਕਾਂ ਮਰ ਕੇ ਜਾਂਦੇ ਨੇ ਇਹ ਗਿਣਤੀ ਵੀ ਨਹੀਂ ਹੋ ਸਕਦੀ ਕੋਲ ਨ ਦੁਨੀਆਂ ਵਿੱਚ ਅੱਜ ਦੀ ਤਰੀਕ ਵਿੱਚ ਕਿੰਨੇ ਬਾਲਕ ਜਨਮੇ ਕਿੰਨੇ ਮਨੁੱਖ ਅੱਜ ਦੀ ਤਰੀਕ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਮੌਤ ਹੋ ਗਈ ਮਰ ਗਏ ਇਹ ਆਪਾਂ ਗਿਣਤੀ ਨਹੀਂ ਕਰ ਸਕਦੇ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਹ ਦੁਨੀਆਂ ਆਮਨ ਜਾਣੀਆਂ ਆਮਨ ਜਾਨ ਇੱਕ ਖੇਲ ਬਣਾਇਆ ਇਹ ਪਰਮਾਤਮਾ ਨੇ ਇੱਕ ਕੌਤਕ ਬਣਾਇਆ ਹੋਇਆ ਇੱਕ ਲੀਲਾ ਰਚੀ ਹੈ ਇੱਕ ਖੇਡ ਬਣਾਈ ਹੈ ਕਿ ਜੀਵ ਆਉਂਦੇ ਨੇ ਜੰਮਦੇ ਨੇ ਤੇ ਮਰ ਕੇ ਚਲੇ ਜਾਂਦੇ ਨੇ ਪਰ ਮਨੁੱਖਾ ਜੀਵਨ ਦਾ ਜਿਹੜਾ ਮਕਸਦ ਹੈ ਨਾ ਉਹਦੇ ਤੱਕ ਹਰ ਕੋਈ ਪਹੁੰਚ ਨਹੀਂ ਸਕਦਾ ਉਹਦੀ ਪ੍ਰਾਪਤੀ ਹਰੇਕ ਨੂੰ ਨਹੀਂ ਹੋ ਸਕਦੀ ਜੀਵ ਆਇਆ ਆਪਣੀ ਸੋਚ ਸਮਝ ਮੁਤਾਬਕ ਆਪਣੇ ਢੰਗ ਮੁਤਾਬਕ ਜ਼ਿੰਦਗੀ ਗੁਜ਼ਾਰੀ ਮਰ ਕੇ ਚਲਿਆ ਗਿਆ ਤੇ ਕੁਝ ਸਮੇਂ ਬਾਅਦ ਦੁਨੀਆ ਤੋਂ ਉਹਦਾ ਨਾਮੋ ਨਿਸ਼ਾਨ ਵੀ ਖਤਮ ਹੋ ਗਿਆ ਆਇਆ ਗਿਆ ਮੋਇਆ ਨਾ ਉਹ ਆਇਆ ਸੀ ਜਨਮ ਲੈ ਕੇ ਮਰ ਕੇ ਚਲਾ ਗਿਆ ਪ੍ਰਮਾਤਮਾ ਦੇ ਨਾਮ ਵੱਲੋਂ ਮਰਿਆ ਰਿਆ ਰੈਣ ਕਰਕੇ ਇਹਦਾ ਦੁਨੀਆ ਤੋਂ ਨਾਮ ਵੀ ਮੁੱਕ ਗਿਆ ਖਤਮ ਹੋ ਗਿਆ ਜਿੰਨੇ ਆਪਾਂ ਬੈਠੇ ਆਂ ਸਾਨੂੰ ਆਪਣੇ ਦਾਦਕੇ ਘਰ ਦੀ ਜੇ ਗੱਲ ਕਰ ਲਈਏ ਤਾਂ ਮਾਤਾ ਪਿਤਾ ਦੇ ਨਾਮ ਦਾ ਪਤਾ ਹੈ ਆਪਣੇ ਦਾਦੇ ਦਾਦੀ ਦੇ ਨਾਮ ਦਾ ਪਤਾ ਹੋਵੇਗਾ ਵੱਧ ਤੋਂ ਵੱਧ ਅਸੀਂ ਆਪਣੇ ਪਰਦਾਦੇ ਪਰਦਾਦੀ ਇਤਿਹਾਦਿਕ ਦੇ ਨਾਮ ਜਾਣਦੇ ਹੋਵਾਂਗੇ ਤੇ ਹੋ ਸਕਦਾ ਹੈ ਕਈਆਂ ਕੋਲ ਇੱਕ ਦੋ ਪੀੜੀਆਂ ਹੋਰ ਪਹਿਲਾਂ ਵੀ ਆਪਣੇ ਬਜ਼ੁਰਗਾਂ ਦੇ ਨਾਮ ਹੋਣ ਉਹਦੇ ਤੋਂ ਪਹਿਲਾਂ ਸਾਡੇ ਬਜ਼ੁਰਗ ਕੌਣ ਸਨ ਉਹਨਾਂ ਦੇ ਕੀ ਨਾਮ ਸਨ ਇਹ ਤਾਂ ਸਾਨੂੰ ਆਪ ਵੀ ਨਹੀਂ ਪਤਾ ਹੋਰ ਕਿਸੇ ਨੂੰ ਕੀ ਪਤਾ ਹੋਣਾ ਨਾਮ ਮੁੱਕ ਜਾਂਦਾ ਹੈ ਮਿਟ ਜਾਂਦਾ ਹੈ ਪਰ ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਾਰ ਚਿੱਤ ਮੈਂ ਜੁੱਧ ਵਿਚਾਰ ਹੈ ਜੋ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਮੁਖੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਚਿੱਤ ਵਿੱਚ ਧਰਮ ਜੁੱਧ ਦੀ ਵਿਚਾਰ ਰੱਖਦੇ ਨੇ ਸਰੀਰ ਤਾਂ ਨਾਸ ਹੋਣਾ ਹੀ ਹੋਣਾ ਹੈ ਇਹਨੇ ਤਾਂ ਵਿੰਸਣਾ ਹੀ ਹੈ ਪਰ ਆਤਮਿਕ ਤੌਰ ਤੇ ਉਹ ਗੁਰੂ ਪਿਆਰੇ ਸਦਾ ਸਦਾ ਜਿਉਂਦੇ ਰਹਿੰਦੇ ਨੇ ਖਾਸਾ ਜੀ ਜਿਨ੍ਹਾਂ ਦੀ ਯਾਦ ਵਿੱਚ ਅੱਜ ਆਪਾਂ ਬੈਠੇ ਆਂ ਸਦੀਆਂ ਬੀਤ ਗਈਆਂ ਸਾਕਾ ਵਰਤੇ ਨੂੰ ਜੰਗ ਹੋਈ ਨੂੰ ਤੇ ਉਹਨਾਂ ਸ਼ਹੀਦਾਂ ਨੂੰ ਸ਼ਹਾਦਤ ਪ੍ਰਾਪਤ ਕੀਤੇ ਨੂੰ ਪਰ ਅੱਜ ਵੀ ਉਹ ਜਿਉਂਦੇ ਨੇ ਸਾਨੂੰ ਉਹਨਾਂ ਦੇ ਨਾਮ ਚੇਤੇ ਨੇ ਯਾਦ ਨੇ ਕਿਉਂਕਿ ਉਹਨਾਂ ਦੇ ਮੁਖ ਵਿੱਚ ਹਾਰ ਹੈ ਤੇ ਚਿੱਤ ਵਿੱਚ ਜੁੱਧ ਦੀ ਵਿਚਾਰ ਹੈ ਮੁਖ ਤੇ ਹਾਰ ਹਰ ਤੋਂ ਭਾਵ ਸਬਦਾਂ ਨੂੰ ਹਰੇ ਭਰੇ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਤੇ ਜੁੱਧ ਦੀ ਵੀ ਆਚਾਰ ਕੈਸੀ ਸਾਧ ਸੰਗਤ ਜੀ ਗੁਰੂ ਕਾ ਸਿੱਖ ਜਿਹੜਾ ਹੈ ਇਹ ਆਤਮਿਕ ਜੀਵਨ ਵਿੱਚ ਜਿਉਂਦਾ ਤੇ ਸੰਸਾਰਕ ਜੀਵਨ ਵਿੱਚ ਜਿਉਂਦਾ ਹੈ ਗੁਰਮਤਿ ਮੁਤਾਬਕ ਇਹ ਜੁੱਧ ਇਹ ਜੰਗ ਦੋ ਤਰ੍ਹਾਂ ਦਾ ਹੈ ਇੱਕ ਅੰਦਰੂਨੀ ਹੈ ਇੱਕ ਬਾਹਰੂਨੀ ਹੈ ਪਹਿਲਾ ਅੰਦਰੂਨੀ ਜੰਗ ਕਰਨਾ ਸਿਖਾਇਆ ਸਾਨੂੰ ਸਤਿਗੁਰੂ ਗਰੀਬ ਨਿਵਾਜ ਜੀ ਨੇ ਤੇ ਫੇਰ ਧਰਮ ਦੀ ਮਨੁੱਖਤਾ ਦੀ ਔਰ ਇਨਸਾਨੀਅਤ ਦੀ ਰੱਖਿਆ ਵਾਸਤੇ ਸਾਨੂੰ ਬਾਹਰੀ جنگ ਕਰਨਾ ਸਿਖਾਇਆ ਪਹਿਲਾ ਅੰਦਰੂਨੀ جنگ ਹੈ ਉਹ ਅੰਦਰੂਨੀ جنگ ਕਿਹੜਾ ਹੈ ਉਹ ਜੁੱਧ ਕਿਹੜਾ ਹੈ ਸਾਤ ਸੰਗਤ ਜੀ ਉਹ ਹੈ ਆਪਣੇ ਅੰਦਰ ਵਸਦੇ ਹੋਏ ਔਗੜਾਂ ਦੇ ਨਾਲ جنگ ਹਰ ਇੱਕ ਹਰ ਇੱਕ ਮਨੁੱਖ ਦੇ ਸੋਚ ਵਿੱਚ ਹਰ ਇੱਕ ਮਨੁੱਖ ਦੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਨੇ ਗੁਣ ਵੀ ਪੈਦਾ ਕੀਤੇ ਨੇ ਤੇ ਔਗਣ ਵੀ ਪੈਦਾ ਕੀਤੇ ਨੇ। ਗ੍ਰੰਥਾਂ ਦਾ ਵਰਣਨ ਹੈ ਕਿ ਹੈ ਗੁਣ ਅਵਗਣ ਸਭ ਵਿਖੈ ਇਹਨਾਂ ਬਿਨ ਜੰਤ ਨ ਕੋਏ ਗੁਣ ਤੇ ਔਗਣ ਸਾਰਿਆਂ ਦੇ ਵਿੱਚ ਨੇ ਕੋਈ ਵੀ ਮਨੁੱਖ ਗੁਣਾ ਤੇ ਔਗਣਾ ਤੋਂ ਖਾਲੀ ਨਹੀਂ। ਕੋਈ ਮਨੁੱਖ ਹੈ ਉਹਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਗੁਣ ਨੇ ਗੁਣਾ ਦਾ ਭਰਿਆ ਹੋਇਆ ਹੈ। ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਔਗਣ ਵੀ ਉਹਦੇ ਜੀਵਨ ਵਿੱਚ ਉਹਦੀ ਸੋਚ ਵਿੱਚ ਉਹਦੇ ਮਨ ਵਿੱਚ ਪਰਮਾਤਮਾ ਨੇ ਰੱਖਿਆ ਹੋਵੇਗਾ ਕਿੰਨਾ ਵੀ ਔਗਣਾਂ ਦਾ ਭਰਿਆ ਹੋਇਆ ਮਨੁੱਖ ਹੋਵੇ ਉਹਦੇ ਜੀਵਨ ਵਿੱਚ ਵੀ ਕੋਈ ਨਾ ਕੋਈ ਇੱਕ ਅਦ ਗੁਣ ਜ਼ਰੂਰ ਹੋਇਆ ਕਰਦਾ ਹੈ ਹੈ ਗੁਣ ਔਗਣ ਸਭ ਵਿੱਚ ਹੈ ਸਾਰਿਆਂ ਵਿੱਚ ਹੀ ਨੇ ਕਈਆਂ ਦੇ ਗੁਣ ਭਾਰੂ ਹੁੰਦੇ ਨੇ ਤੇ ਉਹ ਔਗਣਾਂ ਨੂੰ ਜਿੱਤ ਲੈਂਦੇ ਨੇ ਦੁਨੀਆਂ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਮਾਨ ਵੜਿਆਈ ਹੁੰਦੀ ਹੈ ਕਈਆਂ ਦੇ ਗੁਣ ਜਿਹੜੇ ਨੇ ਉਹ ਛੁਪੇ ਰਹਿੰਦੇ ਨੇ ਔਗਣ ਜੀਵਨ ਦੇ ਵਿੱਚ ਭਾਰੂ ਹੋ ਜਾਂਦੇ ਨੇ ਤੇ ਉਹ ਦੁਨੀਆ ਦੇ ਵਿੱਚ ਬਦਨਾਮੀ ਖੱਟ ਜਾਂਦੇ ਨੇ ਇਹ ਜਿਹੜਾ ਗੁਣਾ ਤੇ ਔਗਣਾ ਦਾ ਪੱਖ ਹੈ ਇਹਨਾਂ ਸਾਧ ਸੰਗਤ ਜੀ ਵਿਦਵਾਨ ਜਨ ਇਹਨਾਂ ਨੂੰ ਸੰਪਦਾ ਦਾ ਨਾਮ ਦਿੰਦੇ ਨੇ ਸੰਪਦਾ ਸੰਪਦਾ ਤੋਂ ਭਾਵ ਹੈ ਫੌਜ ਸਤ ਸੰਤੋਖ ਦਇਆ ਧਰਮ ਵਿਚਾਰ ਕਰਣਾ ਮੈਤਰੀ ਮੁਦਤਾ ਉਪੇਖਿਆ ਨਿਮਰਤਾ ਸ਼ਾਂਤੀ ਧੀਰਜ ਇਤਿਆਦਿਕ ਇਹ ਸਾਰੇ ਸ਼ੋਭ ਗੁਣ ਨੇ ਅਨੇਕਾਂ ਐਸੇ ਗੁਣ ਨੇ ਇਨ੍ਹਾਂ ਗੁਣਾਂ ਦੇ ਸਮੂਹ ਨੂੰ ਵਿਦਵਾਨਾਂ ਨੇ ਆਖਿਆ ਹੈ ਦੇਵੀ ਸੰਪਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਈਰਖਾ ਬਖੀਲੀ ਨਿੰਦਿਆ ਚੁਗਲੀ ਸਾੜਾ ਕੀਨਾ ਇਹ ਅਨੇਕਾਂ ਔਗਣ ਨੇ ਤੇ ਇਹਨਾਂ ਔਗਣਾ ਦੇ ਸਮੂਹ ਨੂੰ ਵਿਦਵਾਨ ਆਖਦੇ ਨੇ ਆਸਰੀ ਸੰਪਦਾ ਇੱਕ दैवी ਸੰਪਦਾ ਹੈ ਇੱਕ ਆਸਰੀ ਸੰਪਦਾ ਹੈ ਇਹਨਾਂ ਦੋਵਾਂ ਦਾ ਹਿਰਦੇ ਦੇ ਵਿੱਚ جنگ ਹੈ ਜਿਹੜੀ ਆਸਰੀ ਸੰਪਦਾ ਹੈ ਇਹਦਾ ਰਾਜਾ ਮੰਨਿਆ ਗਿਆ ਮੋਹ ਨੂੰ ਜਿਹੜੀ दैवी ਸੰਪਦਾ ਹੈ ਇਹਦਾ ਰਾਜਾ ਮੰਨਿਆ ਜਾਂਦਾ ਹੈ ਵਿਵੇਕ ਨੂੰ ਮੋਹ ਅਤੇ ਵਿਵੇਕ ਦੀ جنگ ਹੈ ਇਸ ਜੰਗ ਦਾ ਵਰਣਨ ਕਰਦੇ ਆ ਵਿਦਵਾਨਾਂ ਨੇ ਇੱਕ ਗ੍ਰੰਥ ਵੀ ਲਿਖਿਆ ਜਿਸ ਦਾ ਨਾਮ ਹੈ ਪ੍ਰਬੋਧ ਚੰਦਰਨਾਟਕ ਬਹੁਤ ਸੁੰਦਰ ਇਹ ਗ੍ਰੰਥ ਹੈ ਔਰ ਈਓ ਵਿਦਵਾਨ ਜਨ ਇਸ ਨੂੰ ਪੜ੍ਹ ਕੇ ਇਹਦੇ ਵਿੱਚੋਂ ਬੜੀ ਸੇਧ ਹਾਸਲ ਕਰਦੇ ਨੇ ਇਹਦੇ ਵਿੱਚ ਵਿਵੇਕ ਅਤੇ ਮੋਹ ਦੀ ਜਿਹੜੀ ਜੰਗ ਹੈ ਨਾ ਵਾਰ-ਵਾਰ ਭਾਰੂ ਹੁੰਦਾ ਹੈ ਮੋਹ ਵਾਰ-ਵਾਰ ਔਗਣ ਭਾਰੂ ਹੁੰਦੇ ਨੇ ਪਰ ਆਖਰ ਗੁਰੂ ਕੇ ਸ਼ਬਦ ਦੇ ਓਟ ਆਸਰੇ ਸਦਕਾ ਜਿੱਤ ਜਿਹੜੀ ਐ ਉਹ ਵਿਵੇਕ ਦੀ ਹੁੰਦੀ ਐ ਉਹ ਸ਼ੁਭ ਗੁਣਾਂ ਦੀ ਹੁੰਦੀ ਐ ਇਹ ਹੈ ਆਪਣੇ ਮਨ ਅੰਦਰ ਜੰਗ ਤੇ ਇਸ ਜੰਗ ਦਾ ਵਰਣਨ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਰੂਪ ਗੁਰਬਾਣੀ ਦੇ ਵਿੱਚ ਵੀ ਕੀਤਾ ਹੈ ਮੈਂ ਲੰਮੀ ਵਿਚਾਰ ਵਿੱਚ ਨਾ ਪਾਵਾਂ ਕਿਉਂਕਿ ਇੰਨਾ ਸਮਾਂ ਨਹੀਂ ਭਗਤ ਕਬੀਰ ਜੀ ਦਾ ਇੱਕ ਪਰਮ ਪਵਿੱਤਰ ਸ਼ਬਦ ਹੈ ਕਿ ਉਹ ਲੀਜਾ ਗੱਡ ਬੰਕਾ ਭਾਈ ਦੋ ਵਰ ਕੋਟ ਅਰ ਤੇ ਵਰ ਖਾਈ ਪੰਜ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ਜਾਨ ਗਰੀਬ ਕਉ ਜੋਰ ਨਾ ਪਹੁੰਚੈ ਕਹਾ ਕਰੋ ਰਗ ਰਾਯਾ ਇਹ ਹੈ ਜਿਨ੍ਹਾਂ ਨੇ ਅੰਤਰੀਵ جنگ ਲੜੀ جنگ ਕੀਤੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਸ جنگ ਨੂੰ ਜਿੱਤਣ ਦੀਆਂ ਬੇਨਤੀਆਂ ਵੀ ਕੀਤੀਆਂ ਤੇ ਸਾਨੂੰ ਤਰੀਕਾ ਵੀ ਦੱਸਿਆ ਜਿਹੜੇ ਪੁਰਾਣੇ ਕਿਲੇ ਹੁੰਦੇ ਸਨ ਅੱਜ ਵੀ ਉਹਨਾਂ ਕਿਲਿਆਂ ਦੀ ਬਣਤਰ ਵੇਖੀਏ ਕਿਲੇ ਦੀ ਕੰਧ ਉਹਦੇ ਬਾਹਰ ਹੋਰ ਕੰਧ ਉਹਦੇ ਬਾਹਰ ਹੋਰ ਕੰਧ ਉਹ ਉਹਦੇ ਨਾਲੋਂ ਉੱਚੀ ਉਹ ਉਹਦੇ ਨਾਲੋਂ ਉੱਚੀ ਇੰਉਂ ਪੂਰੀ ਸੁਰੱਖਿਆ ਬਣਾਈ ਜਾਂਦੀ ਸੀ ਤਾਂ ਕਿ ਕੋਈ ਦੁਸ਼ਮਣ ਛੇਤੀ ਕੀਤੇ ਸੌਖਿਆਂ ਕਿਤੇ ਕਿਲੇ ਵਿੱਚ ਕੋਈ ਪਹੁੰਚ ਨਾ ਸਕੇ ਫੇਰ ਕਿਲੇ ਦੇ ਆਲੇ ਦਿਵਾਲੇ ਡੂੰਘੀਆਂ ਖਾਈਆਂ ਬਣਾਈਆਂ ਜਾਂਦੀਆਂ ਸਨ ਜਿੰਨਾ ਵਿੱਚ ਪਾਣੀ ਛੱਡਿਆ ਜਾਂਦਾ ਸੀ ਉਹਦਾ ਮਤਲਬ ਇਹ ਸੀ ਕਿ ਕਿਲੇ ਦੀ ਕੰਧ ਤੱਕ ਵੀ ਕੋਈ ਅਣਚਾਹਿਆ ਵਿਅਕਤੀ ਪਹੁੰਚ ਨਾ ਸਕੇ ਪਾਣੀ ਵਾਲੇ ਦਿਵਾਲੇ ਹੋਣ ਕਰਕੇ ਉਹਨੂੰ ਪਾਣੀ ਵਿੱਚ ਡੁੱਬਣ ਦਾ ਡਰ ਰਹੇਗਾ ਜਾਂ ਕੋਈ ਪਾਣੀ ਨੂੰ ਤਰ ਕੇ ਪਾਰ ਕਰਨ ਦਾ ਯਤਨ ਕਰੇ ਤਾਂ ਉਹਨੇ ਚਿਰ ਨੂੰ ਉੱਪਰੋਂ ਤੀਰਾਂ ਗੋਲੀਆਂ ਦੀ ਵਾਸ਼ੜ ਹੋ ਜਾਣੀ ਹੈ ਇਹ ਕਿਲਿਆਂ ਦੀ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਕੀਤੇ ਹੁੰਦੇ ਸਨ ਭਗਤ ਕਬੀਰ ਜੀ ਕਹਿੰਦੇ ਕਿਉ ਲੀਜੈ ਗੜ ਬੰਕਾ ਭਾਈ ਬੰਕਾ ਟੇਡਾ ਗੜ ਟੇਡਾ ਕਿਲਾ ਆਕੀ ਕਿਲਾ ਉਹ ਕਿਹੜਾ ਸਾਡਾ ਮਨ ਇਹ ਕਿਵੇਂ ਵਸ ਵਿੱਚ ਕੀਤਾ ਜਾਵੇ ਇਹਨੂੰ ਕਿਵੇਂ ਆਪਾਂ ਜਿੱਤ ਸਕੀਏ ਦੋ ਵਰ ਕੋਟ ਅਰ ਤੇ ਵਰ ਖਾਈ ਮਨ ਰੂਪੀ ਰਾਜੇ ਦੇ ਦਿਵਾਲੇ ਦੋ ਰੀਆਂ ਕੰਧਾਂ ਬੜੀਆਂ ਨੇ ਕਿਲੇ ਦੀਆਂ ਤੇ ਤੇਰੀ ਤੇਰੀ ਖਾਈ ਹੈ ਦੋ ਰੀਆਂ ਕੰਧਾਂ ਕਿਹੜੀਆਂ ਕੰਧਾਂ ਹਨ ਇੱਕ ਸਾਧ ਸੰਗਤ ਜੀ ਪਾਪ ਦੀ ਤੇ ਪੁੰਨ ਦੀ ਇਹ ਕੰਧਾਂ ਬਣੀਆਂ ਹੋਈਆਂ ਨੇ ਆਸਾ ਮਨਸਾ ਤੇ ਤ੍ਰਿਸ਼ਨਾ ਇਹ ਤਿੰਨ ਤਰ੍ਹਾਂ ਦੀ ਖਾਈ ਬਣੀ ਹੋਈ ਐ 525 ਮੋਹ ਮਦ ਮਤਸਰ ਆਡੀ ਪਰਬਲ ਮਾਇਆ ਮਨ ਰੂਪੀ ਰਾਜੇ ਕੋਲ ਸੂਰਮੇ ਕਿਹੜੇ ਕਿਹੜੇ ਨੇ ਪੰਜੇ ਵਿਕਾਰ 25 ਪ੍ਰਕਿਰਤੀਆਂ ਮੋਹ ਹੰਕਾਰ ਈਰਖਾ ਤੇ ਬਹੁਤੀ ਪਰਬਲ ਜਿਹੜੀ ਟੇਡੇ ਸਭਾ ਵਾਲੀ ਮਾਇਆ ਹੈ ਨਾ ਇਹ ਸਾਰੇ ਮਨ ਦੀ ਰਖਵਾਲੀ ਵਾਸਤੇ ਬੈਠੇ ਆ ਮਨ ਆਪਣੀ ਮਰਜ਼ੀ ਪਿਆ ਕਰਦਾ ਹੈ ਜਾਨ ਗਰੀਬ ਕੋ ਜੋਰ ਨਾ ਪਹੁੰਚਾ ਕਹਾ ਕਰੋ ਰਗੁਰਾਇਆ ਹੇ ਅਕਾਲ ਪੁਰਖ ਜੀ ਮੇਰਾ ਗਰੀਬ ਦਾ ਇਹਸ ਮਨ ਉੱਪਰ ਜੋਰ ਨਹੀਂ ਚੱਲਦਾ ਮਨ ਨਾਲ ਜੰਗ ਤਾਂ ਲੜਦਾ ਹਾਂ ਪਰ ਇਹ ਆਕੀ ਕਲਾ ਮੇਰੇ ਕੋਲੋਂ ਸਰ ਨਹੀਂ ਹੋ ਰਿਆ ਮੈਂ ਕੀ ਕਰਾਂ ਕਾਮ ਤਿਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕਰੋਧ ਪ੍ਰਧਾਨ ਮਹਾਬਟ ਦੁੰਦਰ ਤਹ ਮਨਮਾ ਵਾਸੀ ਰਾਜਾ ਕਾਮ ਕੀ ਵਾਰੀ ਕੀ ਵਾਰੀ ਕਹਿੰਦੇ ਨੇ ਦਰਵਾਜ਼ਿਆਂ ਦੇ ਬਾਹਰ-ਬਾਰ ਖਲੋਤੇ ਪਹਿਰੇਦਾਰਾਂ ਨੂੰ ਕਾਮਦੇਵ ਜਿਹੜਾ ਹੈ ਇਹ ਵੱਡਾ ਪਹਿਰੇਦਾਰ ਬਣਿਆ ਹੋਇਆ ਹੈ ਦੁੱਖ ਸੁਖ ਦਰਵਾਨੀ ਦੁੱਖ ਅਤੇ ਸੁਖ ਇਹ ਦਰਬਾਨ ਹਨ ਜਿਹੜੇ ਕਿ ਰਾਜੇ ਦੀ ਹਜ਼ੂਰੀ ਵਿੱਚ ਉਹਦੀ ਸੁਰੱਖਿਆ ਲਈ ਖੜੇ ਹੁੰਦੇ ਨੇ ਸੋ ਇਸ ਪ੍ਰਕਾਰ ਭਗਤ ਕਬੀਰ ਜੀ ਫਰਮਾਨ ਕਰਦੇ ਕਾਮ ਕੁਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਇੱਕ ਪਾਪ ਅਤੇ ਪੁੰਨ ਇਹ ਦਰਵਾਜੇ ਜੜੇ ਹੋਏ ਨੇ। ਕ੍ਰੋਧ ਪ੍ਰਧਾਨ ਮਹਾ ਬਡ ਦੁੰਦਰ ਜਿਹੜਾ ਕ੍ਰੋਧ ਹੈ ਨਾ ਇਹ ਇਨ੍ਹਾਂ ਔਗਣਾਂ ਦਾ ਸੈਨਾਪਤੀ ਆ ਜੋ ਬੜਾ ਦੁੰਦਰ ਪਾਉਣ ਵਾਲਾ ਬੜੀ ਤਰਥਲਦੀ ਮਚਾਉਣ ਵਾਲਾ ਹੈ ਤੇ ਇਨ੍ਹਾਂ ਸਾਰਿਆਂ ਦੇ ਸੁਰੱਖਿਆ ਘੇਰੇ ਵਿੱਚ ਤਹਿ ਮਨ ਮਾਵਾਸੀ ਰਾਜਾ ਮਨ ਜਿਹੜਾ ਹੈ ਇਹ ਆਕੀ ਰਾਜਾ ਹੋ ਕੇ ਬੈਠਾ ਹੋਇਆ ਹੈ ਇਹਦੇ ਉੱਪਰ ਸਾਡਾ ਵਸ ਨਹੀਂ ਚੱਲਦਾ ਇਹ ਆਪਣੀਆਂ ਮਰਜ਼ੀਆਂ ਕਰਦਾ ਫਿਰਦਾ ਹੈ ਚੰਚਲ ਹੋ ਕੇ ਦੌੜਾ ਫਿਰਦਾ ਹੈ ਇਹ ਮਨ ਸਵਾਦ ਸਨਾਹ ਟੋਪ ਮਮਤਾ ਕੋ ਕੋਬੁੱਧ ਕਮਾਨ ਚੜਾਈ ਤਿਸਨਾ ਤੀਰ ਗਹੇ ਕਟ ਪੀਤਰ ਇਉਂ ਗੱਡ ਲਿਓ ਨਾ ਜਾਈ ਆਹ ਦੁਨੀਆ ਦੇ ਇੰਦਰੀਆਂ ਦੇ ਸਵਾਦ ਤਰ੍ਹਾਂ ਤਰ੍ਹਾਂ ਦੇ ਜੀਭ ਨੂੰ ਖਾਣ ਦਾ ਚਸਕਾ ਬੋਲਣ ਦਾ ਚਸਕਾ ਅੱਖਾਂ ਨੂੰ ਵੇਖਣ ਦਾ ਕੰਨਾਂ ਨੂੰ ਨਿੰਦਾ ਚੁਗਲੀ ਸੁਣਨ ਦਾ ਇਤੇ ਆਦਿਕ ਜਿਹੜੇ ਚਸਕੇ ਸਵਾਦ ਲੱਗੇ ਹੋਏ ਨੇ ਇੰਦਰੀਆਂ ਨੂੰ ਇਹ ਮੰਨੋ ਕਿ ਮਨ ਰੂਪੀ ਰਾਜੇ ਨੇ ਸਨਾਹ ਪੈਨੀ ਆ ਸੰਜੋਗ ਐਨੀ ਹੋਈ ਹੈ ਟੋਪ ਮਮਤਾ ਕੋ ਜਿਵੇਂ ਪ੍ਰਾਣੀ ਸੂਰਮੇ ਸਿਰਾਂ ਤੇ ਲੋ ਟੋਪ ਪਾਇਆ ਕਰਦੇ ਸਨ ਮਨ ਰੂਪੀ ਰਾਜੇ ਨੇ ਮਮਤਾ ਰੂਪੀ ਟੋਪ ਪੈਨਿਆ ਹੋਇਆ ਦੁਨਿਆਵੀ ਖਿਆਲਾਂ ਦੀ ਪਕੜ ਸਵਾਦ ਸੁਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਕਬੁੱద్ధి ਰੂਪੀ ਖੋਟੀ ਬੁੱద్ధి ਖੋਟੀ ਮਤ ਭੈੜੀ ਮਤ ਰੂਪੀ ਕਮਾਨ ਜਿਹੜੀ ਐ ਉਹ ਇੰਨੇ ਚੜਾਈ ਹੋਈ ਐ ਮਨ ਨੇ ਤੇ ਤਿਸਨਾ ਤੀਰ ਗਹੇ ਕਟ ਭੀਤਰ ਹਿਰਦੇ ਵਿੱਚ ਤ੍ਰਿਸ਼ਨਾ ਰੂਪੀ ਤੀਰ ਜਿਹਦੇ ਉਹ ਵਸ ਰਹੇ ਨੇ ਇਉਂ ਗੱਡ ਲੀਓ ਨਾ ਜਾਈਂ ਇਉਂ ਮਨ ਦਾ ਆਕੀ ਕਲਾ ਜਿਹੜਾ ਹੈ ਇਹ ਮਨੁੱਖ ਕੋਲੋਂ ਸਰ ਨਹੀਂ ਹੋ ਸਕਦਾ ਇਹ ਵਿਚਾਰ ਬੜੀ ਡੂੰਗੀ ਅਸਾਧ ਸੰਗਤ ਜੀ ਤੇ ਹੁਣ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਜਦ ਗੁਰੂ ਨੇ ਕਿਰਪਾ ਕੀਤੀ ਹੈ ਸ਼ੋਭ ਗੁਣ ਹਿਰਦੇ ਵਿੱਚ ਪ੍ਰਫੁੱਲਤ ਕੀਤੇ ਤਾਂ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਏ ਕਹ ਚੋਟ ਸਜਾਇਆ ਪ੍ਰਾਣੇ ਗੋਲੇ ਛੱਡੇ ਜਾਂਦੇ ਸੰ ਜਿਵੇਂ ਆ ਅੱਜਕੱਲ ਆਪਾਂ ਆਤਿਸ਼ਬਾਜ਼ੀ ਚਲਾਉਂਦੇ ਆ ਨਾ ਰਾਕਟ ਹਵਾਈਆਂ ਵਗੈਰਾ ਜਿਨ੍ਹਾਂ ਨੂੰ ਹਲਵਾਈਆਂ ਕਹਿੰਦੇ ਆ ਉੱਪਰ ਬਰੂਧ ਭਰਿਆ ਹੁੰਦਾ ਹੈ, ਹੇਠਾਂ ਫੀਤਾ ਹੁੰਦਾ ਹੈ, ਉਹਨੂੰ ਅੱਗ ਲਾਈ ਜਾਂਦੀ ਹੈ। ਫਿਰ ਉਹ ਉੱਡ ਕੇ ਉੱਪਰ ਨੂੰ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਜਦੋਂ ਬਹੁਤੀਆਂ ਮਜ਼ਬੂਤ ਤੋਪਾਂ ਨਾ ਹੋਣ ਤਾਂ ਇਹ ਤਰੀਕਾ ਵੀ ਵਰਤਿਆ ਜਾਂਦਾ ਸੀ ਕਿਲੇ ਤੇ ਹਮਲਾ ਕਰਨ ਦਾ। ਭਗਤ ਜੀ ਕਹਿੰਦੇ ਪ੍ਰੇਮ ਪਲੀਤਾ, ਪ੍ਰੇਮ ਰੂਪੀ ਪਲੀਤਾ, ਪਰਮਾਤਮਾ ਦਾ ਪ੍ਰੇਮ, ਗੁਰੂ ਦਾ ਪ੍ਰੇਮ। ਸੁਰਤ ਹਵਾਈ, ਜਿਹੜੀ ਸੁਰਤ ਨੂੰ ਉੱਚਿਆਂ ਚੁੱਕਣਾ, ਪਰਮਾਤਮਾ ਦੇ ਨਾਮ ਵਿੱਚ ਜੁੜਨਾ ਇਹ ਮੰਨ ਨੂੰ ਇੱਕ ਹਵਾਈ ਹੈ। ਗੋਲਾ ਗਿਆਨ ਚਲਾਇਆ ਇਹਦੇ ਨਾਲ ਗਿਆਨ ਰੂਪੀ ਗੁਰੂ ਕਾ ਬਖਸ਼ਿਆ ਹੋਇਆ ਜਿਹੜਾ ਗਿਆਨ ਹੈ ਨਾ ਉਹ ਗੋਲਾ ਜਿਹੜਾ ਹੈ ਉਹ ਬੰਧਿਆ ਹੋਇਆ ਹੈ ਬ੍ਰਹਮ ਅਗਨ ਸਹਜੇ ਪਰ ਜਲਦੀ ਬ੍ਰਹਮ ਅਗਨ ਪ੍ਰਮਾਤਮਾ ਦਾ ਸਿਮਰਨ ਰੂਪੀ ਜਿਹੜੀ ਅਗਨੀ ਹੈ ਉਹ ਬਾਲੀ ਹੈ ਤਾਂ ਇੱਕ ਹੈ ਚੋਟ ਸੁਝਾਇਆ ਇੱਕੋ ਹੀ ਚੋਟ ਇਸ ਗਿਆਨ ਰੂਪੀ ਗੋਲੇ ਦੀ ਜਦੋਂ ਮਨ ਦੀਆਂ ਆਕੀ ਕੰਧਾਂ ਤੇ ਵੱਜੀ ਤਾਂ ਉਹਨੇ ਇਹਨਾਂ ਆਕੀ ਕੰਧਾਂ ਨੂੰ ਦੁਖਸਕ ਰੂਪੀ ਦਰਵਾਜ਼ਿਆਂ ਨੂੰ ਤੋੜ ਕੇ ਰੱਖ ਦਿੱਤਾ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਤ ਅਤੇ ਸੰਤੋਖ ਇਤਿਆਜਕ ਗੁਣ ਲੈ ਕੇ ਗੁਰੂ ਕਾ ਸਿੱਖ ਅੰਤਰ ਆਤਮੇ ਲੜਦਾ ਪਿਆ ਹੈ ਆਪਣੇ ਮਨ ਦੇ ਨਾਲ ਇਹਦੇ ਨਾਲ ਪਾਪ ਅਤੇ ਪੁੰਨ ਰੂਪੀ ਦਰਵਾਜੇ ਤੋੜ ਲਏ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕਰਿਓ ਗੱਡ ਕੋ ਰਾਜਾ ਗੁਰੂ ਕੀ ਕਿਰਪਾ ਤੇ ਸਾਧ ਸੰਗਤ ਦੀ ਕਿਰਪਾ ਨਾਲ ਜਿਹੜਾ ਆਕੀ ਰਾਜਾ ਮਨ ਸੀ ਨਾ ਜਿਹੜਾ ਸਾਰੇ ਵਿਕਾਰਾਂ ਨੂੰ ਸਫੁਰਨ ਕਰਾਉਣ ਵਾਲਾ ਸੀ ਉਹਨੂੰ ਪਕੜ ਲਿਆ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ ਭਗਵਤ ਭੀਰ ਸਖਤ ਸਿਮਰਨ ਕੀ ਕੱਟੀ ਕਾਲ ਭੈ ਫਾਸੀ ਸਤ ਸੰਗਤ ਦੇ ਵਿੱਚ ਮਿਲ ਕੇ ਸਿਮਰਨ ਦੀ ਬਰਕਤ ਦੇ ਨਾਲ ਕਾਲ ਦੀਆਂ ਛਾਈਆਂ ਕੱਟ ਲਈਆਂ ਦਾਸ ਕਮੀਰ ਚੜਿਓ ਗੜ ਉੱਪਰ ਰਾਜ ਦੀਓ ਅਬਨਾਸੀ ਮਨ ਦੇ ਆਕੀਲੇ ਤੇ ਅਸਵਾਰੀ ਕਰ ਲਈ ਤੇ ਅਬਨਾਸੀ ਰਾਜ ਪ੍ਰਾਪਤ ਕਰ ਲਿਆ ਭਾਵ ਕੇ ਵਾਹਿਗੁਰੂ ਦਾ ਰੂਪ ਹੀ ਹੋ ਗਏ ਇਹ ਹੈ ਅੰਤਰੀਵ ਜੁੱਧ ਆਪਣੇ ਵਿਕਾਰਾਂ ਨਾਲ ਆਪਣੇ ਔਗਣਾਂ ਨਾਲ ਆਪਣੇ ਮਾੜੇ ਸੰਕਲਪਾਂ ਦੇ ਨਾਲ ਲੜਨਾ ਔਖਾ ਕੰਮ ਹੈ ਤੇ ਮਹਾਰਾਜ ਤਾਂ ਹੀ ਇਹਨੂੰ ਵੱਡੀ ਸੂਰਮਗਤੀ ਆਖਦੇ ਨੇ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਉਹ ਸੂਰਮਾ ਜੁਝਾਰੂ ਹੈ ਜਿਨ ਨੇ ਆਪਣੇ ਮਨ ਵਿੱਚੋਂ ਹੰਕਾਰ ਵਰਗੇ ਸੂਰਮੇ ਨੂੰ ਤੇ ਹੋਰ ਔਗਣਾਂ ਨੂੰ ਮਾਰ ਲਿਆ ਇਹ ਅੰਤਰੀਵ ਜੁੱਧ ਹੈ ਚਿੱਤ ਮੈਂ ਜੁੱਧ ਵਿਚਾਰਿਆ ਗੁਰੂ ਕਾ ਸਿੱਖ ਇਸ ਜੁੱਧ ਦੀ ਵਿਚਾਰ ਆਪਣੀ ਚਿੱਤ ਵਿੱਚ ਕਰੇ ਅਸੀਂ ਕਦੇ ਖਿਆਲ ਕੀਤਾ ਹੋਵੇ ਕਿਸੇ ਦਾ ਕਿਸੇ ਮਾੜੇ ਕੰਮ ਦਾ ਫੁਰਨਾ ਸਾਡੇ ਮਨ ਵਿੱਚ ਆ ਜਾਵੇ ਖਿਆਲ ਆ ਜਾਵੇ ਇੱਕ ਤਾਂ ਸਾਡਾ ਮਨ ਕਰਦਾ ਕਿ ਇਹ ਕੰਮ ਕਰ ਲਈਏ ਤੇ ਦੂਜੀ ਅੰਦਰੋਂ ਹੀ ਆਵਾਜ਼ ਆਉਂਦੀ ਕਿ ਨਹੀਂ ਇਹ ਠੀਕ ਨਹੀਂ ਇਹ ਨਹੀਂ ਕਰਨਾ ਚਾਹੀਦਾ ਕੋਈ ਵਸਤੂ ਕਿਸੇ ਦੀ ਪਈ ਹੈ ਕੋਈ ਧਨ-ਦੌਲਤ ਹੈ ਚੁੱਕ ਲਈਏ ਚੁਰਾ ਲਈਏ ਕੌਣ ਵੇਖਦਾ ਹੈ ਮਨ ਹੱਲਾਸ਼ੇਰੀ ਦਿੰਦਾ ਹੈ ਪਰ ਦੂਜੇ ਪਲ ਹੀ ਖਿਆਲ ਆਉਂਦਾ ਹੈ ਕਿ ਹੋਰ ਕੋਈ ਭਾਵੇਂ ਵੇਖਦਾ ਹੋਵੇ ਨਾ ਵੇਖਦਾ ਹੋਵੇ ਵਾਹਿਗੁਰੂ ਤਾਂ ਵੇਖਦਾ ਹੈ ਉਹਦੇ ਅੱਗੇ ਤੇ ਜਵਾਬ ਦੇਣਾ ਪੈਣਾ ਇਹ ਉਹ ਜ਼ਮੀਰ ਜਿਹੜੀ ਆ ਸਾਨੂੰ ਮਾੜਾ ਕੰਮ ਕਰਨ ਤੋਂ ਰੋਕਦੀ ਹੈ ਮਨ ਚੰਚਲ ਹੈ ਮਨ ਉਲਟੇ ਪਾਸੇ ਜਾਂਦਾ ਹੈ ਮਨ ਗਲਤ ਪਾਸੇ ਪ੍ਰੇਰਦਾ ਹੈ ਪਰ ਜਿਹੜੀ ਜ਼ਮੀਰ ਹੈ ਜਿਹੜੀ ਆਤਮਾ ਹੈ ਸਾਧ ਸੰਗਤ ਜੀ ਉਹ ਸਾਨੂੰ ਗਲਤ ਕੰਮ ਕਰਨ ਤੋਂ ਰੋਕਦੀ ਹੈ ਇਹ ਦੋਵਾਂ ਵਿੱਚ ਬਹਿਸ ਚੱਲ ਪਈ ਨਾ ਜਿੰਨੇ ਜ਼ਮੀਰ ਦੀ ਆਵਾਜ਼ ਨੂੰ ਪ੍ਰਮੁੱਖ ਰੱਖਿਆ ਉਹ ਮਾੜੇ ਕੰਮ ਤੋਂ ਬਚ ਗਿਆ ਉਹਨੇ ਮਨ ਨੂੰ ਜਿੱਤ ਲਿਆ ਤੇ ਜਿੰਨੇ ਜ਼ਮੀਰ ਦੀ ਆਵਾਜ਼ ਨਾ ਸੁਣੀ ਉਹ ਹਾਰ ਗਿਆ ਆਪਣੇ ਮਨ ਦੇ ਹੱਥੋਂ ਮਾੜਾ ਕੰਮ ਕਰ ਲਿਆ ਚੰਗਾ ਭਲਾ ਸਾਬਤ ਸੂਰਤ ਨੌਜਵਾਨ ਹੈ ਮਨ ਵਿੱਚ ਭੈੜਾ ਵਿਚਾਰ ਆ ਗਿਆ ਕਿ ਕੇਸ ਕਟਾ ਲਈਏ ਜੀ ਦਾੜਾ ਕਟਾ ਲਈਏ ਜੀ ਕਲੀਨ ਸ਼ੇਪ ਹੋ ਜਾਈਏ ਜੀ ਸਾਧ ਸੰਗਤ ਜੀ ਉਸ ਵਕਤ ਜੇ ਮਨ ਦੇ ਮਗਰ ਲੱਗ ਗਿਆ ਤਾਂ ਗੁਰੂ ਤੋਂ ਬੇਮੁਖ ਹੋ ਗਿਆ ਪਰ ਜੇ ਅੰਦਰੋਂ ਜ਼ਮੀਰ ਦੀ ਆਵਾਜ਼ ਸੁਣਦੀ ਕਿ ਨਹੀਂ ਮੈਂ ਸਿੱਖਾਂ ਦਾ ਪੁੱਤ ਆ ਮੇਰੇ ਵੱਡੇ ਵਡੇਰਿਆਂ ਨੇ ਇਹਨਾਂ ਕੇਸਾਂ ਦੇ ਸਤਕਾਰ ਵਾਸਤੇ ਸਭ ਕੁਝ ਆਪਣਾ ਵਾਰਿਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਜਨਾਂ ਦੀ ਯਾਦ ਵਿੱਚ ਬੈਠੇ ਬਾਬਾ ਭਗੇਲ ਸਿੰਘ ਜੀ ਬਾਬਾ ਤਾਰਾ ਸਿੰਘ ਜੀ ਇਤਿਆਦਿਕ ਸੂਰਮੇ ਕਾਰਨ ਕੀ ਬਣਿਆ ਸੀ ਜਿਹੜੀ ਮੁੱਠ ਭੇੜ ਉਹਨਾਂ ਦੀ ਹੋਈ ਜੰਗ ਹੋਈ ਜ਼ਾਲਿਮਾਂ ਨੇ ਕੇਸਾਂ ਦੇ ਬਾਰੇ ਤਾਣਾ ਮਾਰਿਆ ਸੀ ਨਾ ਜ਼ਾਲਿਮਾਂ ਦੇ ਘੋੜੇ ਖਾਲਸੇ ਦੇ ਖੇਤਾਂ ਵਿੱਚ ਚਰਦੇ ਐ ਤੇ ਜਦੋਂ ਉਹਨਾਂ ਨੂੰ ਬੰਨ੍ਹਣ ਵਾਸਤੇ ਕਿਹਾ ਗਿਆ ਤਾਂ ਅੱਗੋਂ ਤਾਣਾ ਮਾਰਿਆ ਸੀ ਕਿ ਤੁਹਾਨੂੰ ਸਿੰਘਾਂ ਨੂੰ ਫੜ ਕੇ ਤੁਹਾਡੇ ਕੇਸ ਕੱਟ ਕੇ ਉਹਨਾਂ ਕੇਸਾਂ ਦੇ ਰਸੇ ਬਟਾਂਗਾ ਤੇ ਉਹਨਾਂ ਨਾਲ ਆਪਣੇ ਘੋੜੇ ਘੋੜੀਆਂ ਬੰਨਾਂਗਾ ਬਸ ਇੰਨੀ ਗੱਲ ਸੀ ਇਸੇ ਤੋਂ ਫਿਰ ਅੱਗੇ ਇਹ ਸਾਰਾ ਜੰਗ ਜਿਹੜਾ ਹੋਇਆ ਸੀ ਖਾਲਸਾ ਇਹ ਗੱਲ ਨਹੀਂ ਸੀ ਸਹਾਰ ਸਕਿਆ ਕਿ ਗੁਰੂ ਕੇ ਬਖਸ਼ੇ ਸਾਡੇ ਕੇਸਾਂ ਬਾਰੇ ਜ਼ਾਲਿਮਾਂ ਦੁਸ਼ਟਾਂ ਨੇ ਇਹ ਗੱਲ ਆਖੀ ਸਾਧ ਸੰਗਤ ਜੀ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰ ਲਈਆਂ ਕੌਮ ਦੇ ਅਣਖ ਨੂੰ ਤੇ ਗੈਰਤ ਨੂੰ ਉੱਚੀਆਂ ਸੋਚੀਆਂ ਚੁੱਕ ਗਏ ਅੱਜ ਸਾਡੇ ਮਨਾਂ ਦੇ ਵਿੱਚ ਉਹ ਗੈਰਤ ਨਾ ਰਹੀ ਉਹ ਅਣਖ ਨਾ ਰਹੀ ਤਾਹੀਂ ਤਾਂ ਆਪਾਂ ਜਗਤ ਦੀ ਪਤਤ ਪੁਨੇ ਦੀ ਹਨੇਰੀ ਦੇ ਵਿੱਚ ਰੁੜ ਕੇ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਕੇਸ ਘਟਾਉਂਦੇ ਦਾੜਾ ਘਟਾਉਂਦੇ ਆ ਸੋ ਇੰਨਾ ਸਮਾਂ ਨਹੀਂ ਕਿ ਮੈਂ ਬਹੁਤਾ ਵਿਸਥਾਰ ਕਰਾਂ ਮਨ ਨੇ ਭੈੜਾ ਖਿਆਲ ਕੀਤਾ ਉਹਦੇ ਮਗਰ ਲੱਗ ਤੁਰੇ ਮਨ ਜਿੱਤ ਗਿਆ ਬੰਦਾ ਹਾਰ ਗਿਆ ਪਰ ਮਨ ਵਿੱਚ ਗਲਤ ਖਿਆਲ ਆਇਆ ਤਾਂ ਅੰਦਰੋਂ ਜ਼ਮੀਰ ਨੇ ਆਵਾਜ਼ ਦਿੱਤੀ ਕਿ ਮੇਰੇ ਸਤਿਗੁਰੂ ਨੇ ਮੈਨੂੰ ਸਾਬਤ ਸੂਰਤ ਰਹਿਣ ਵਾਸਤੇ ਕਿਹਾ ਹੈ ਸਾਡੇ ਵੱਡੇ ਬਡੇਰਿਆਂ ਨੇ ਕੇਸਾਂ ਦੇ ਸਤਕਾਰ ਵਾਸਤੇ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਸਾਡੇ ਬਡੇਰੇ ਭਾਈ ਤਾਰੂ ਸਿੰਘ ਜੀ ਨੇ ਕੇਸ ਕਟਾਉਣੇ ਪ੍ਰਵਾਨ ਨਹੀਂ ਕੀਤੇ ਖੋਪਰ ਸ਼ਰਨ ਹੋਣਾ ਪ੍ਰਵਾਨ ਕਰ ਲਿਆ ਮੈਂ ਕਿਉਂ ਕੇਸਾਂ ਦੀ ਬੇਦਬੀ ਕਰਾਵਾਂ ਮਨਾਂ ਤੇਰੀ ਗੱਲ ਮੈਂ ਨਹੀਂ ਉਹ ਮੰਨਣੀ ਨਹੀਂ ਮੰਨੀ ਸਾਬਤ ਸੂਤਰਿਆ ਇਹਦਾ ਮਤਲਬ ਕਿ ਮਨ ਨੂੰ ਜਿੱਤ ਲਿਆ ਮਨ ਦੇ ਭੈੜੇ ਖਿਆਲ ਤੇ ਫਤਿਹ ਪ੍ਰਾਪਤ ਕਰ ਲਈ ਇਹ ਜੰਗ ਹੈ ਇਹ ਆਪਣੇ ਅੰਦਰ ਦਾ ਜੰਗ ਹੈ ਚਿੱਤ ਮੈਂ ਜੁੱਧ ਵਿਚਾਰ ਹੈ ਇਹ ਹੈ ਚਿੱਤ ਦੇ ਵਿੱਚ ਜੁੱਧ ਦੀ ਵਿਚਾਰ ਇਹ ਅੰਤਰੀਵ جنگ ਸਾਨੂੰ ਮਹਾਰਾਜ ਨਿਤ ਕਰਨ ਦੀ ਪ੍ਰੇਰਣਾ ਦਿੰਦੇ ਨੇ ਖਾਲਸਾ ਸੋਏ ਜੋ ਚੜੈ ਤੁਰੰਗ ਖਾਲਸਾ ਸੋਏ ਕਰੈ ਨਿਤ ਜੰਗ ਇਹ ਹੈ ਨਿਤ ਦੀ ਜੰਗ ਕਿਉਂਕਿ ਮਨ ਤਾਂ ਵਾਰ-ਵਾਰ ਜਿਹੜਾ ਪੁੱਠੇ ਪਾਸੇ ਜਾਂਦਾ ਹੈ ਵਾਰ-ਵਾਰ ਚੰਚਲਤਾ ਦੇ ਪਾਸੇ ਜਾਂਦਾ ਹੈ ਗੁਰਮੁਖਾਂ ਨੇ ਵਿਦਵਾਨਾਂ ਨੇ ਬੜੇ ਸੁੰਦਰ ਬਚਨ ਕੀਤੇ ਨੇ ਇਹ ਬਾਣੀ ਦੀਆਂ ਪੰਕਤੀਆਂ ਨਹੀਂ ਵਿਦਵਾਨ ਗੁਰਮੁਖਾਂ ਦੇ ਬਚਨ ਨੇ ਕੇ ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ ਮਨ ਦੇ ਮਗਰ ਨਾ ਲੱਗੀ ਐ ਪਲਕ ਪਲਕ ਮਨ ਹੋਰ ਮਨ ਸਾਨੂੰ ਬੁਰੇ ਪਾਸੇ ਪ੍ਰੇਰਦਾ ਹੈ ਪਰ ਗੁਰੂ ਕੀ ਬਖਸ਼ੀ ਸ਼ੁਭ ਵਿਚਾਰ ਲੈ ਕੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਠ ਮਨ ਹੀ ਮੰਝ ਸਮਾਏ ਮਨ ਨਾਲ ਝਗੜਾ ਕਰਨਾ ਕਿ ਮਨਾ ਤੂੰ ਭੈੜੇ ਕਰਮ ਕਰਨ ਦੀ ਚਾਹਨਾ ਕਰਦਾ ਇੱਛਾ ਕਰਦਾ ਤੇਰੀ ਗੱਲ ਮੈਂ ਨਹੀਂ ਮੰਨਣੀ ਮੈਂ ਤਾਂ ਗੁਰੂ ਕੀ ਗੱਲ ਮੰਨਾਂਗਾ ਇਹ ਮਨ ਨਾਲ ਝਗੜਾ ਹੈ ਇਹ ਹੈ ਨਿਤ ਜੰਗ ਤੇ ਐਸੇ ਜੰਗ ਕਰਨ ਵਾਲਿਆਂ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵੱਡੇ ਸੂਰਮੇ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗਮਹਿ ਸੋਕਹੀਤ ਹੈ ਸੂਰਾ ਆਤਮ ਜੀਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਇੱਕ ਤਾਂ ਹੈ ਇਹ ਅੰਦਰੂਨੀ ਜੰਗ ਤੇ ਦੂਸਰੀ ਸਾਧ ਸੰਗਤ ਜੀ ਆ ਬਾਹਰੀ ਜੰਗ ਹੈ ਜੋ ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਜ਼ੁਲਮ ਦੇ ਵਿਰੋਧ ਜੰਗ ਇਨਸਾਨੀਅਤ ਦੇ ਹੱਕ ਵਿੱਚ ਜੰਗ ਮਜ਼ਲੂਮਾਂ ਦੀ ਰੱਖਿਆ ਦੇ ਵਾਸਤੇ ਧਰਮ ਦੀ ਰੱਖਿਆ ਦੇ ਵਾਸਤੇ ਮਨੁੱਖਤਾ ਦੇ ਦੁਖੀਆਂ ਦੇ ਨਾਲ ਜੂਝਣਾ ਇਹ ਜੰਗ ਵੀ ਗੁਰੂ ਕਾ ਖਾਲਸਾ ਗੁਰੂ ਕੀ ਕਿਰਪਾ ਨਾਲ ਕਰਦਾ ਆਇਆ ਹੈ ਇਹ ਦੋਵਾਂ ਪੱਖਾਂ ਨੂੰ ਸਤਿਗੁਰੂ ਜੀ ਪ੍ਰਮukh ਰੱਖਦੇ ਨੇ ਆਰੰਭ ਵਿੱਚ ਭਗਤ ਕਬੀਰ ਜੀ ਦਾ ਬਚਨ ਦਾਸ ਨੇ ਪੜ੍ਹਿਆ ਸੀ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਇਹਦੇ ਵਿੱਚ ਵੀ ਦੋਹਾਂ ਹੀ ਜੰਗਾਂ ਦਾ ਵਰਣਨ ਹੈ ਇਹਨਾਂ ਦੋਹਾਂ ਸ਼ਲੋਕਾਂ ਵਿੱਚ ਅੰਦਰ ਦੀ ਜੰਗ ਦਾ ਵੀ ਤੇ ਬਾਹਰੀ ਜੰਗ ਦਾ ਵੀ ਸਾਧ ਸੰਗਤ ਜੀ ਬਾਹਰੀ ਜੰਗ ਵਾਸਤੇ ਤਾਂ ਤਕਰੀਬਨ ਤਕਰੀਬਨ ਆਪਾਂ ਤਤ ਪਰ ਰਹਿੰਦੇ ਆ ਪਰ ਜਿਹੜੀ ਆਪਣੀ ਅੰਦਰੂਨੀ ਜੰਗ ਹੈ ਨਾ ਇਹਦੇ ਵੱਲੋਂ ਆਪਾਂ ਹਾਰ ਖਾ ਜਾਂਦੇ ਆ ਇਹਦਰ ਖਿਆਲ ਨਹੀਂ ਕਰਦੇ ਕਿਉਂ ਧਰਮ ਵਾਸਤੇ ਜੂਝ ਮਰਨ ਦਾ ਜਜ਼ਬਾ ਸਿੱਖ ਦੇ ਮਨ ਵਿੱਚ ਹੈ ਹੋਣਾ ਵੀ ਚਾਹੀਦਾ ਹੈ ਹੈ ਵੀ ਹੈ ਪਰ ਜਿਹੜਾ ਮੁਖ ਤੇ ਹਰ ਵਾਲੀ ਸਤਿਗੁਰਾਂ ਨੇ ਪਹਿਲੀ ਗੱਲ ਕਹੀ ਹੈ ਨਾ ਉਹਦੇ ਵੱਲ ਆਪਾਂ ਖਿਆਲ ਨਹੀਂ ਕਰਦੇ ਵਾਹਿਗੁਰੂ ਦਾ ਨਾਮ ਜਪਣਾ ਅੰਮ੍ਰਿਤ ਰੂਪ ਗੁਰਬਾਣੀ ਪੜ੍ਹਨੀ ਬਾਣੇ ਦੇ ਧਾਰਨੀ ਬਣਨਾ ਗੁਰਮਤ ਰਹਿਤ ਮਰਜਾਦਾ ਵਿੱਚ ਪਰਪੱਕ ਹੋਣਾ ਭਾਈ ਇਹ ਸਾਡੇ ਵਾਸਤੇ ਅਤਿਅੰਤ ਲਾਜ਼ਮੀ ਹੈ ਕੌਮ ਵਾਸਤੇ ਧਰਮ ਵਾਸਤੇ ਸ਼ਹੀਦ ਹੋਏ ਜੋਧਿਆਂ ਦੀ ਯਾਦ ਵਿੱਚ ਬੈਠੇ ਉਹਨਾਂ ਦੀ ਪਵਿੱਤਰ ਯਾਦ ਆਪਾਂ ਮਨਾ ਰਹੇ ਹਾਂ ਤਾਂ ਸਾਡਾ ਵੀ ਫਰਜ਼ ਬਣ ਆਉਂਦਾ ਹੈ ਕਿ ਜਿਸ ਮਕਸਦ ਨੂੰ ਲੈ ਕੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਆਪਾਂ ਉਸ ਮਕਸਦ ਵੱਲ ਵੀ ਖਿਆਲ ਕਰੀਏ ਆਪਾਂ ਧਰਮ ਵਿੱਚ ਪਰਪੱਕ ਹੋਈਏ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਉਪਦੇਸ਼ ਇਕ ਓਅੰਕਾਰ ਤੋਂ 18 10 ਦੀਸ ਤੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਇਸੇ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਆਨੰਦ ਲਾਲ ਜੀ ਦੀ ਬਾਣੀ ਸਾਨੂੰ ਇਹਨਾਂ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ ਜੋੜਨਾ ਚਾਹੀਦਾ ਹੈ ਉਪਦੇਸ਼ ਗੁਰੂ ਦਾ ਸਮਝਣਾ ਚਾਹੀਦਾ ਹੈ ਗੁਰੂ ਕੇ ਬਖਸ਼ੇ ਰਹਿਤ ਨਾਮੇ ਸਾਡੇ ਇਤਿਹਾਸਕ ਗ੍ਰੰਥ ਇਸ ਪਾਸੇ ਨੂੰ ਸਾਡਾ ਖਿਆਲ ਜੇ ਹੋਵੇ ਤਾਂ ਸਾਡਾ ਜੀਵਨ ਸਿੱਖੀ ਦੇ ਸੰਚੇ ਵਿੱਚ ਘੜਿਆ ਜਾਵੇ ਅੱਜ ਦਾ ਸਮਾਜ ਜੋ ਆਪਾਂ ਤੱਕਦੇ ਹਾਂ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਵਿੱਚ ਅੱਜ ਪੰਥਕ ਭਾਵਨਾ ਅੰਗੜਾਈਆਂ ਲੈਂਦੀ ਹੈ ਭਾਵਨਾ ਹੈ ਮਨ ਵਿੱਚ ਕੌਮ ਦੀ ਅਣਖ ਅਤੇ ਗੈਰਤ ਨੂੰ ਉੱਚੀਆਂ ਚੁੱਕਣ ਦੀ ਵੀ ਭਾਵਨਾ ਹੈ ਸਦਾ ਬਣੀ ਰਹੇ ਸਤਿਗੁਰੂ ਜੀ ਹੋਰ ਬਾਦਾਂ ਕਾਰਨ ਪਰ ਘਾਟ ਨਜ਼ਰ ਆਉਂਦੀ ਐ ਬਾਣੀ ਨਾਲ ਜੋੜਨ ਦੀ ਇਤਿਹਾਸ ਨਾਲ ਜੋੜਨ ਦੀ ਆਪਾਂ ਅਣਖ ਅਤੇ ਗੈਰਤ ਨੂੰ ਮੁੱਖ ਰੱਖਣ ਵਾਸਤੇ ਸੋ ਆਪੋ ਆਪਣੇ ਸੱਚੇ ਹੋਣ ਦਾ ਦਾਵਾ ਕਰਦੇ ਆਂ ਦੂਜਿਆਂ ਨੂੰ ਝੂਠੇ ਹੋਣ ਦਾ ਦਾਵਾ ਕਰਦੇ ਆਂ ਇਹੋ ਇਹੋ ਜਿਹੇ ਲਫ਼ਜ਼ ਅੱਜ ਸੋਸ਼ਲ ਮੀਡੀਆ ਤੇ ਵਰਤੇ ਜਾਂਦੇ ਨੇ ਜੋ ਕਿਸੇ ਗੁਰਸਿੱਖ ਲਈ ਤਾਂ ਕੀ ਕਿਸੇ ਆਮ ਮਨੁੱਖ ਲਈ ਵੀ ਵਰਤਣੇ ਜਾਇਜ਼ ਨਹੀਂ ਕਿਉਂ ਕਿਉਂਕਿ ਆਪਾਂ ਸਿੱਖੀ ਦੇ ਅਸਲ ਗਿਆਨ ਤੋਂ ਵੀ ਹੋਣੇ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਸਾਧ ਸੰਗਤ ਜੀ ਆਪਣੀ ਭਾਸ਼ਾ ਗੁਰਮੁਖੀ ਦੇ ਨਾਲ ਜੁੜੀਏ ਫਿਰ ਗੁਰਬਾਣੀ ਦੀ ਸੰਥਿਆ ਕਰਿਆ ਕਰੀਏ ਗੁਰਬਾਣੀ ਪੜਿਆ ਕਰੀਏ ਆਪਣੇ ਇਤਿਹਾਸ ਨਾਲ ਜੁੜੀਏ ਆਪਣੀ ਵਿਰਸੇ ਨਾਲ ਜੁੜੀਏ ਜਿੰਨਾ ਚਿਰ ਇਤਿਹਾਸ ਨਹੀਂ ਨਾ ਪੜਾਂਗੇ ਸਾਧ ਸੰਗਤ ਜੀ ਉਨਾ ਚਿਰ ਸਾਨੂੰ ਗੁਰਬਾਣੀ ਦੇ ਉਪਦੇਸ਼ ਦੀ ਵੀ ਸਹੀ ਸਮਝ ਕਦਾ ਚਿਤ ਨਹੀਂ ਪੈ ਸਕਣੀ ਇਸ ਲਈ ਇਤਿਹਾਸ ਪੜਨਾ ਬੜਾ ਲਾਜ਼ਮੀ ਹੈ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣੇ ਜੀਵਨ ਗੁਰਮਤ ਦੀ ਰੋਸ਼ਨੀ ਦੇ ਵਿੱਚ ਉੱਚੇ ਚੁੱਕੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰਮਤ ਦੇ ਅਨੁਸਾਰ ਢਾਲਿਆ ਉਹਨਾਂ ਦੀਆਂ ਲਿਖਤਾਂ ਆਪਾਂ ਪੜਿਆ ਕਰੀਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਰਗੇ ਪ੍ਰੋਫੈਸਰ ਪੂਰਨ ਸਿੰਘ ਜੀ ਵਰਗੇ ਇਸੇ ਤਰ੍ਹਾਂ ਰਕबीर ਸਿੰਘ ਜੀ ਵੀਰ ਵਰਗੇ ਹੋਰ ਅਨੇਕਾਂ ਗੁਰਮੁਖ ਪਿਆਰੇ ਉਹਨਾਂ ਦੀਆਂ ਲਿਖਤਾਂ ਜ਼ਰੂਰ ਬਰ ਜ਼ਰੂਰ ਪੜਨ ਦਾ ਸੁਭਾਅ ਪਾਈਏ ਸਾਨੂੰ ਉਹਦੇ ਵਿੱਚੋਂ ਸਿੱਖੀ ਦੀ ਪਰਪੱਕਤਾ ਪੈਦਾ ਹੋਵੇਗੀ ਸਿੱਖੀ ਕੀ ਹੈ ਇਸ ਦਾ ਗਿਆਨ ਪ੍ਰਾਪਤ ਹੋਵੇਗਾ ਗੁਰਬਾਣੀ ਦੀ ਕਥਾ ਸੁਣਿਆ ਕਰੀਏ ਗੁਰ ਇਤਿਹਾਸ ਦੀ ਕਥਾ ਕਰਿਆ ਸੁਣਿਆ ਕਰੀਏ ਤਾਂ ਆਪਾਂ ਸਤਿਗੁਰੂ ਮਹਾਰਾਜ ਜੀ ਕੀ ਪਾਵਨ ਸਿੱਖੀ ਬਾਰੇ ਜਾਣ ਸਕਦੇ ਹਾਂ ਵਰਨਾ ਆਪਾਂ ਸਿੱਖ ਹੋਣ ਦਾ ਦਾਦਾ ਤਾਂ ਕਰਦੇ ਪਰ ਅਸਲ ਵਿੱਚ ਸਿੱਖੀ ਤੋਂ ਦੂਰ ਰਹਿੰਨੇ ਆ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਅਸੀਸ ਤੇ ਮਿਹਰ ਭਰਿਆ ਹੱਥ ਰੱਖਣ ਸ਼ਹੀਦਾਂ ਦੀ ਯਾਦ ਵਿੱਚ ਜੁੜ ਮਿਲ ਬੈਠੇ ਆ ਸਾਨੂੰ ਸਤਗੁਰੂ ਜੀ ਸ਼ਹੀਦਾਂ ਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਆਪ ਹੀ ਕਿਰਪਾ ਕਰਕੇ ਬਲ ਬਖਸ਼ਿਸ਼ ਕਰਨ ਆਪਾਂ ਬਾਣੀ ਬਾਣੀ ਦੇ ਧਾਰਨੀ ਹੋਈਏ ਰਹਿਤ ਮਰਜਾਦਾ ਵਿੱਚ ਪਰਪੱਕ ਹੋਈਏ ਔਰ ਗੁਰੂ ਕੇਆਂ ਖੁਸ਼ੀਆਂ ਪ੍ਰਾਪਤ ਕਰੀਏ ਧੰਨਵਾਦ ਕਰਦਾ ਹਾਂ ਮੈਂ ਇਸ ਅਸਥਾਨ ਦੇ ਪ੍ਰਮੁੱਖ ਪ੍ਰਬੰਧਕ ਮਹਾਪੁਰਖ ਬਾਬਾ ਹਰਭਜਨ ਸਿੰਘ ਜੀ ਦਾ ਸਾਡੇ ਪਿਆਰੇ ਵੀਰ ਭਾਈ ਰੇਸ਼ਮ ਸਿੰਘ ਜੀ ਲੰਮਾ ਸਮਾਂ ਦਮਦਮੀ ਟਕਸਾਲ ਵਿੱਚ ਮਹਾਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕਰ ਸਿੰਘ ਜੀ ਦੇ ਨਾਲ ਆਪਾਂ ਇਕੱਠੇ ਰਹੇ ਔਰ ਪੂਲ ਹਿੰਦੁਸਤਾਨ ਭਰ ਵਿੱਚ ਪ੍ਰਚਾਰ ਦੌਰਿਆਂ ਵਿੱਚ ਇਕੱਠੇ ਵਿਚਰਦੇ ਰਹੇ ਸਤਿਗੁਰੂ ਮਹਾਰਾਜ ਅੱਜ ਕਿਰਪਾ ਕਰਕੇ ਸ਼੍ਰੋਮਣੀ ਕਮੇਟੀ ਵਿੱਚ ਇਹਨਾਂ ਕੋਲੋਂ ਸੇਵਾਵਾਂ ਲੈ ਰਹੇ ਨੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਚੇਚੇ ਤੌਰ ਤੇ ਦਾਸ ਨੂੰ ਹੁਕਮ ਕੀਤਾ ਸੀ ਆਪ ਸੰਗਤਾਂ ਦੇ ਦਰਸ਼ਨ ਦੇਦਾਰੇ ਕਰਨ ਦਾ ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਹਾਜ਼ਰੀ ਭਰੀ ਹੈ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਆਉਣ ਵਾਲਾ ਜਥਾ ਮੇਰੇ ਸਤਿਕਾਰਯੋਗ ਵੱਡੇ ਵੀਰ ਗਿਆਨੀ ਲਖਵਿੰਦਰ ਸਿੰਘ ਜੀ ਸੋਲ ਤੰਨਾ ਦਾ ਢਾਡੀ ਜਥਾ ਸਾਧ ਸੰਗਤ ਜੀ ਬੈਠੇ ਆਪਾਂ ਗੱਲਾਂ ਕਰ ਰਹੇ ਸਾਂ ਸੋ ਹਰ ਪੱਖ ਤੋਂ ਅੱਜ ਸਾਡੇ ਵਿੱਚ ਨਿਗਾਰ ਆ ਰਹੀ ਹੈ ਗ੍ਰਾਵਟ ਆ ਰਹੀ ਹੈ ਕੌਮ ਦੇ ਰਾਗੀ ਕੌਮ ਦੇ ਪ੍ਰਚਾਰਕ ਇਸੇ ਪ੍ਰਕਾਰ ਕੌਮ ਦੇ ਢਾਡੀ ਜਿਹੜੇ ਨੇ ਆਪਣੀ ਦਿਸ਼ਾ ਬਦਲਦੇ ਜਾ ਰਹੇ ਨੇ ਜੇ ਆਪਾਂ ਢਾਡੀ ਪਰੰਪਰਾ ਦੀ ਗੱਲ ਕਰੀਏ ਜੋ 6ਵੇਂ ਪਾਤਸ਼ਾਹ ਨੇ ਆਪਾਂ ਨੂੰ ਬਖਸ਼ੀ ਭਾਵੇਂ ਕਿ ਅੱਜ ਕੱਲ ਬਹੁਤ ਢਾਡੀ ਜਥੇ ਨੇ ਪਰ ਉਂਗਲਾਂ ਤੇ ਗਿਣ ਜੋਗੇ ਉਹ ਢਾਡੀ ਸਿੰਘ ਢਾਡੀ ਜਥੇ ਨੇ ਜਿਨ੍ਹਾਂ ਨੇ ਗੁਰੂ ਕੀ ਬਖਸ਼ੀ ਪ੍ਰਾਤਨ ਪਰੰਪਰਾ ਨੂੰ ਕਾਇਮ ਰੱਖਿਆ ਤੇ ਉਸ ਪਰੰਪਰਾ ਅਨਸਾਰ ਉਹ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਇਤਿਹਾਸ ਸੁਣਾਉਂਦੇ ਨੇ ਗੁਰ ਚਰਨਾਂ ਨਾਲ ਜੋੜਦੇ ਨੇ ਮੇਰੇ ਸਤਿਕਾਰਯੋਗ ਵੀਰ ਗਿਆਨੀ ਲਖਵਿੰਦਰ ਸਿੰਘ ਜੀ ਸੋਲ ਦਾ ਨਾਮ ਉਹਨਾਂ ਵੀਰ ਦੇ ਢਾਡੀ ਜਥਿਆਂ ਦੇ ਵਿੱਚ ਆਉਂਦਾ ਹੈ ਆਪ ਜੀ ਨੇ ਸੋਣੀ ਲੈਣਾ ਆਪੇ ਮਹਿਸੂਸ ਕਰ ਲਵੋਗੇ ਤੈਨਾਂ ਨੂੰ ਜੀ ਆਇਆਂ ਆਖਦਾ ਹਾਂ ਇੰਨੀ ਹਾਜ਼ਰੀ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੇ ਸਿੱਖ ਪੰਥ ਦੇ ਵਿਦਵਾਨ ਭਾਈ ਪ੍ਰਵਿੰਦਰ ਸਿੰਘ ਜੀ ਬੁੱਟਰ ਦਮਦਮੀ ਟਕਸਾਲ ਉਹਨਾਂ ਨੇ ਸੰਗਤਾਂ ਨੂੰ ਬੜੇ ਬੜਬੁਜੇ ਬੜ ਮੁੱਲੇ ਵਿਚਾਰ ਸਰਵਨ ਕਰਵਾਏ ਨੇ ਸੋ ਅਸੀਂ ਉਹਨਾਂ ਦੇ ਨਗਰ ਨਿਵਾਸੀ ਇਲਾਕਾ ਨਿਵਾਸੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਪ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ ਸੋ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਇਸ ਤੋਂ ਪਰੰਤ ਹੁਣ ਆਪ ਦੇ ਸਾਹਮਣੇ ਸਿੱਖ ਪੰਥ ਦੇ ਨਾਮਵਾਰ ਡਾਡੀ ਜਥਾ ਗਿਆਨੀ ਲਖਵਿੰਦਰ ਸਿੰਘ ਜੀ ਜੋ ਆਪ ਜੀ ਨੇ ਉਹਨਾਂ ਦੀ ਸੋਭਾ ਸੁਣੀ ਲਈ ਹੈ ਆਪਣੀ ਮਿਸਾਲ ਉਹ ਆਪ ਨੇ ਕਿਉਂਕਿ ਪਹਿਲੇ ਵੀ ਉਥੇ ਉਹ ਹਾਜ਼ਰੀ ਲਵਾ ਚੁੱਕੇ ਨੇ ਆਪ ਸੰਗਤਾਂ ਨੇ ਉਹਨਾਂ ਨੂੰ ਸਰਵਣ ਕਰ ਲੈਣਾ ਹੈ ਦੂਸਰੀ ਬੇਨਤੀ ਕਰਦਾ ਮੈਂ ਕਿ ਨਗਰ ਚੀਚਾ ਜਨਮ ਸਥਾਨ ਚੀਤਬਾਬਾ ਨੌ ਸਿੰਘ ਜੀ ਪਿੰਡ ਚੀਚਾ ਤੋਂ ਸੰਗਤ ਸ਼ਬਦ ਚੌਂਕੀ ਦੇ ਰੂਪ ਵਿੱਚ ਸਾਡੇ ਦੇਸੀਧਾਂ ਸਿੰਘਾਂ ਦੇ ਸਥਾਨ ਤੇ ਪਹੁੰਚੀ ਹੈ ਅਸੀਂ ਨਗਰ ਦੀਆਂ ਸੰਗਤਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ। ਹੁਣ ਸੇਵਕਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਨਾਲ ਹੀ ਨਾਲ ਸਨਮਾਨਿਤ ਕੀਤਾ ਜਾਵੇ। ਇਹ ਮੇਰੀ ਬੇਨਤੀ ਹੈ। ਤੇ ਉਸ ਤੋਂ ਬਾਅਦ ਭਾਈ ਲਖਵਿੰਦਰ ਸਿੰਘ ਜੀ ਨਾਲ ਕੁਝ ਸਾਡੇ ਕੋਲ ਮਾਇਆ ਹੈ। ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਮਖਤੂਲ ਸਿੰਘ ਪੁੱਤਰ ਗੁਰਦੀਪ ਸਿੰਘ 2000 ਰੁਪਇਆ ਤੇਜਪਾਲ ਸਿੰਘ ਪੁੱਤਰ ਲਖਬੀਰ ਸਿੰਘ ਬੈੜਵਾਲ ਤੋਂ ਉਹਨਾਂ ਵੱਲੋਂ 1000 ਰੁਪਇਆ ਮਖ्तार ਮਖਤਿਆਰ ਸਿੰਘ ਪੁੱਤਰ ਸਰਲੋਗ ਸਿੰਘ ਪੱਕਾ ਕਿਲਾ ਉਹਨਾਂ ਵੱਲੋਂ 1000 ਰੁਪਇਆ ਜਹੇਦਾਰ ਸਰਜੀਤ ਸਿੰਘ ਪੱਕਾ ਕਿਲਾ ਉਹਨਾਂ ਵੱਲੋਂ 500 ਰੁਪਇਆ ਜੋਬਨਜੀਤ ਸਿੰਘ ਪੁੱਤਰ ਸਰਦਾਰ ਨਰਿੰਦਰ ਸਿੰਘ ਸੋਲ ਜੋਗੇ ਪਈ ਕੈਨੇਡਾ ਦੇ ਵਿੱਚ ਨੇ ਉਹਨਾਂ ਵੱਲੋਂ ਜੋਬਨਜੀਤ ਸਿੰਘ ਵੱਲੋਂ 20000 ਰੁਪਇਆ ਪਹੁੰਚਿਆ ਬੱਚੇ ਦੀ ਮਹਾਰਾ ਲੰਮੀ ਉਮਰ ਕਰੇ ਇਸੇ ਤਰ੍ਹਾਂ ਉਹਦਾ ਸੀਦਾ ਸਿੰਘਾਂ ਦੇ ਨਾਲ ਸਤਾਨ ਤੇ ਪਿਆਰ ਬਣਿਆ ਰਵੇ। ਬਾਕੀ ਆਪ ਜੀ ਨੂੰ ਪਤਾ ਹੈ ਕਿ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਤੇ ਉਹ ਸਾਡੇ ਜੋ ਬੱਚੇ ਬਾਹਰ ਗਏ ਨੇ ਦੇਸ਼ਾਂ ਵਿਦੇਸ਼ਾਂ ਦੇ ਫੌਜੀ ਹੈ ਚਾਹੇ ਬਾਹਰ ਗਏ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਉਹ ਸਾਡਾ ਸਾਰਾ 라이 ਪ੍ਰੋਗਰਾਮ ਜੋ ਆਪਣਾ ਟੈਲੀਕਾਸਟ ਹੋ ਰਿਹਾ ਉਹਨੂੰ ਵੇਖ ਰਹੇ ਨੇ। ਸੋ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆਂ। ਸੀਦਾ ਸਿੰਘਾਂ ਦੀਆਂ ਮਹਾਰਾਜ ਉਹਨਾਂ ਨੂੰ ਲੰਮੀ ਉਮਰ ਕਰੇ ਇਸੇ ਤਰ੍ਹਾਂ ਉਹਨਾਂ ਦਾ ਆਪਣੇ ਨਗਰ ਦੇ ਨਾਲ ਸਿੱਧਾ ਸੰਗਾਂ ਦੇ ਨਾਲ ਇਸ ਤਰ੍ਹਾਂ ਪਿਆਰ ਬਣਿਆ ਰਵੇ ਬਲਵਿੰਦਰ ਸਿੰਘ ਪੁੱਤਰ ਮਹਿੰਦ ਸਿੰਘ 500 ਰੁਪਇਆ ਦਿਲਪ੍ਰੀਤ ਸਿੰਘ ਫਰੰਦੀਪੁਰ 200 ਰੁਪਇਆ ਗੁਪਤਦਾਨ ਗੁਪਤਦਾਨ 11000 ਰੁਪਇਆ ਪਹੁੰਚਿਆ ਸੇਵਕਾਂ ਨੇ ਬੇਨਤੀ ਕੀਤੀ ਵੀ ਸਾਡਾ ਨਾਮ ਨਾ ਲਓ